ਅੱਜ ਬਾਗਾਪੁਰਾਣਾ ਵਿਖੇ ਜੰਮੂ ਕਸ਼ਮੀਰ ਤੋਂ ਨਵੇਂ ਫੜੇ ਗਏ ਜਗਜੀਤ ਸਿੰਘ ਬਾਗਾਪੁਰਾਣਾ ਪੁਲਿਸ ਨੇ ਅਦਾਲਤ ਦੇ ਵਿਚ ਪੇਸ਼ ਕੀਤਾ ਅਤੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। SHO ਜਗਜੀਤ ਸਿੰਘ ਰੰਧਾਵਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਫੜੇ ਗਏ ਤਲਜੀਤ ਸਿੰਘ ਜਿੰਮੀ ਨੇ ਜਗਜੀਤ ਸਿੰਘ ਦੇ ਖਾਤੇ ਦੇ ਵਿਚ ਪੈਸੇ ਪਾਏ ਸਨ, ਜਿਸ ਦੀ ਨਿਸ਼ਾਨਦੇਹੀ ਦੇ ਉੱਤੇ ਅੱਜ ਪੁਲਿਸ ਨੇ ਜਗਜੀਤ ਸਿੰਘ ਨੂੰ ਜੰਮੂ ਤੋਂ ਫੜ ਕੇ ਰਿਮਾਂਡ ਹਾਸਲ ਕੀਤਾ। ਦੂਜੇ ਪਾਸੇ ਜਗਜੀਤ ਸਿੰਘ ਦੇ ਵਕੀਲ ਮਨਦੀਪ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਦੇ ਵੱਲੋਂ ਤਲਜੀਤ ਸਿੰਘ ਜਿੰਮੀ ਦੀ ਪਹਿਲਾਂ ਵੀ ਰਿਮਾਂਡ ਦੇ ਉੱਪਰ ਪੁੱਛਗਿੱਛ ਕੀਤੀ ਗਈ ਸੀ, ਪਰ ਉਸ ਵੇਲੇ ਤਲਜੀਤ ਸਿੰਘ ਦੇ ਵੱਲੋਂ ਜਗਜੀਤ ਸਿੰਘ ਦਾ ਨਾਮ ਡਿਸਕਲੋਜ਼ ਨਹੀਂ ਕੀਤਾ ਗਿਆ ਸੀ ਤੇ ਨਾ ਹੀ ਪੁਲਿਸ ਨੇ ਉਸ ਵੇਲੇ ਜਗਜੀਤ ਸਿੰਘ ਦਾ ਨਾਮ ਅਦਾਲਤ ਦੇ ਵਿਚ ਪੇਸ਼ ਕੀਤਾ ਸੀ। ਜਗਜੀਤ ਸਿੰਘ ਨੂੰ ਫੜ ਕੇ ਪੁਲਿਸ ਲਈ ਅੱਜ ਇਹਦਾ ਕੀ ਕਾਰਨ ਹੈ? ਸਰ, ਐਸ ਪਰ ਐਲੀਗੇਸ਼ਨ ਆਫ ਦਾ ਪੁਲਿਸ, ਇਹਦਾ ਇਹ ਸਮਿਸ਼ਨ ਹੈ ਕਿ ਵੀ ਇਹਨੇ ਇਹਦੇ ਖਾਤੇ ਦੇ ਵਿੱਚ ਪੈਸੇ ਆਏ ਹੈਗੇ ਜਿਹੜੇ ਕਿ ਤਲਜੀਤ ਸਿੰਘ ਨੇ ਭੇਜੇ ਹੈਗੇ। ਬਟ ਮੈਂ ਦੱਸਣਾ ਚਾਹਾਂਗਾ ਕਿ ਜਿਸ ਟਾਈਮ ਤੇ ਤਲਜੀਤ ਸਿੰਘ ਦਾ ਰਿਮਾਂਡ ਪੁਲਿਸ ਨੇ ਲਿੱਤਾ ਗਿਆ ਸੀਗਾ, ਉਸ ਦੇ ਵਿੱਚ ਪੁਲਿਸ ਨੇ ਕਦੇ ਇਹ ਡਿਸਕਲੋਜ਼ ਨਹੀਂ ਕੀਤਾ ਸੀਗਾ ਕਿ ਜਗਜੀਤ ਸਿੰਘ ਉਸਨੂੰ ਟ੍ਰਾਂਸੈਕਸ਼ਨਸ ਗਈਆਂ ਹੈਗੀਆਂ। ਇਹ ਅੱਜ ਜਿਹੜਾ ਨਵਾਂ ਫੈਕਟ ਪੁਲਿਸ ਲੈ ਕੇ ਆਉਂਦੀ ਪਈ ਹੈ, ਜਿਸ ਦਿਨ 13 ਤਰੀਕ ਨੂੰ ਇਹਨਾਂ ਨੇ ਤਲਜੀਤ ਸਿੰਘ ਦਾ ਨਵਾਂ ਰਿਮਾਂਡ ਮੰਗਿਆ ਸੀਗਾ ਕਿ ਸਾਨੂੰ 2 ਦਿਨ ਹੋਰ ਦਿੱਤੇ ਹਨ, ਇਹ ਬਹੁਤ ਤੇਜ਼ ਤੇ ਚਲਾਕ ਆਦਮੀ ਹੈਗਾ ਤਲਜੀਤ ਸਿੰਘ, ਅਤੇ ਅਸੀਂ ਪਤਾ ਕਰਨਾ ਹੈਗਾ ਕਿ ਇਹਨੇ ਕਿਹਨੂੰ ਕਿਹਨੂੰ ਟ੍ਰਾਂਜੈਕਸ਼ਨ ਦਿੱਤੀਆਂ ਹੈਗੀਆਂ। ਉਸ ਟਾਈਮ 'ਤੇ ਕਦੇ ਨਾ ਪੁਲਿਸ ਦੇ ਸਾਹਮਣੇ ਨਹੀਂ ਸੀ। ਉਸ ਤੋਂ ਬਾਅਦ ਅੱਜ ਇਹ ਪਹਿਲੀ ਵਾਰੀ ਇਹਨਾਂ ਨੇ ਇੱਕ ਸ਼ੋਅ ਆਫ ਕੀਤਾ ਕਿ 11 ਤਰੀਕ ਨੂੰ ਪੁੱਛਗਿੱਛ ਦੇ ਵਿੱਚ ਤਲਜੀਤ ਸਿੰਘ ਨੇ ਇਹ ਨਾਮ ਇੰਟਰੋਡਿਊਸ ਕੀਤਾ ਸੀਗਾ, ਤਾਂ ਕਰਕੇ ਇਹਨੂੰ ਇੱਥੇ ਲੈ ਕੇ ਆਏ। ਤੁਸੀਂ ਤਲਜੀਤ ਸਿੰਘ ਦੇ ਖਾਤੇ ਦੀ ਕੋਈ ਛਾਣਬੀਣ ਤੁਸੀਂ ਆਪਣੇ ਲੈਵਲ 'ਤੇ ਕੋਈ ਕੀਤੀ ਹੁੰਦੀ? ਕੋਈ ਨਹੀਂ, ਹਜੇ ਮੈਨੂੰ ਹੁਣ ਹੀ ਮਿਲਿਆ ਹੈਗਾ, ਮੈਨੂੰ ਟਾਈਮ ਦਿੱਤਾ ਗਿਆ ਹੈ 8 ਤੋਂ 9 ਤੱਕ, ਮੈਂ ਉਹਨੂੰ ਮਿਲਾਂਗਾ ਅਤੇ ਮਿਲ ਕੇ ਇਹ ਪਤਾ ਲੱਗੂਗਾ ਜੀ ਬਾਕੀ। ਕਿੰਨੇ ਟਾਈਮ ਦਾ ਰਿਮਾਂਡ ਲਿਆ ਜੀ? ਉਹ 5 ਤਰੀਕ ਤੱਕ ਰਹੇ ਸਰ। ਇਹ ਉਸੇ 193 ਦੇ ਵਿੱਚ ਲੈ ਕੇ ਆਏ ਜਿਹਨੂੰ ਗ੍ਰਿਫਤਾਰ ਕਰਕੇ ਉੱਥੋਂ ਜੰਮੂ ਤੋਂ। ਅੱਛਾ, ਬਾਕੀ ਜਿਹੜੀ ਆ ਪੁੱਛਗਿੱਛ ਕਰਦੇ ਵੀ ਇਹਦੇ ਇਹਦਾ ਜਿਹੜਾ ਹੈਗਾ ਇਹਨੇ ਪੈਸੇ ਜਿਹੜਾ ਤਲਜੀਤ ਜਿੰਮੀ ਸੀ ਉਹਨੇ ਪੈਸੇ ਪਾਏ ਸੀ ਇਹਨੂੰ, ਅਤੇ ਉਹ ਬਾਕੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕਿੰਨੇ ਪੈਸੇ ਪਾਏ, ਕਿੰਨੀ ਵਾਰੀ ਪਾਏ। ਅੱਜ ਵੀ ਰਿਮਾਂਡ ਵਗੈਰਾ ਮਿਲੇ ਜੀ? ਸਰ, ਅਸੀਂ 3 ਦਿਨ ਦਾ ਰਿਮਾਂਡ, 3 ਦਿਨ ਦਾ ਰਿਮਾਂਡ ਜੀ ਸਰ। ਬਾਗਾਪੁਰਾਣਾ ਤੋਂ ਬਿਊਰੋ ਰਿਪੋਰਟ, ਜਗਤ ਸੇਵਕ, ਵੈਬ ਟੀਵੀ।